ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵੀਡੀਓ ਦੇ ਵਿੱਚ ਆਪ ਜੀ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਜੋ ਇਸ ਸੋਮਵਾਰ 5 ਮਾਰਚ 2018 ਸੀ, ਉਦੋਂ ਓਫਨਬਖ ਦਾ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਰਿਹਾ। ਆਪ ਜੀ ਨੂੰ ਸ਼ਾਇਦ ਯਾਦ ਹੋਏਗਾ ਕਿ ਪਿਛਲੇ ਸਾਲ ਓਫਨਬਖ ਗੁਰਦੁਆਰਾ ਸਾਹਿਬ ਦੇ ਵਿੱਚ 80 ਬੱਚੇ ਆਏ ਸੀਗੇ। ਉਹ 80 ਦੇ 80 ਬੱਚੇ ਇੱਕ ਸਕੂਲ ਦੇ ਹੈਗੇ ਸੀ ਅਤੇ ਸਾਰਾ ਦਿਨ ਉੱਥੇ ਮਤਲਬ ਬੀਤਿਆ ਅਤੇ ਉੱਥੇ ਵੱਖੋ ਵੱਖਰੀਆਂ ਕਲਾਸਾਂ, 4 ਕਲਾਸਾਂ ਹੈਗੀਆਂ ਸੀ ਅਤੇ ਉਹਨਾਂ ਨੂੰ ਸਿੱਖੀ ਬਾਰੇ ਦੱਸਿਆ ਗਿਆ। ਬਹੁਤ ਅੱਛਾ ਲੱਗਿਆ ਉਹਨਾਂ ਨੂੰ, ਖਾਸ ਕਰਕੇ ਜੋ ਉੱਥੋਂ ਦੇ ਟੀਚਰ ਆਏ ਸੀ ਉਹ ਬਹੁਤ ਪ੍ਰਭਾਵਿਤ ਹੋਏ ਸੀਗੇ। ਉਹਨਾਂ ਵਿੱਚੋਂ ਇੱਕ ਸੀ ਹਵਾਗ ਨਾ, ਜਿਸ ਦੇ ਸਵਾਲ, ਜਿਸ ਦੇ ਪੁਆਇੰਟਸ ਬਹੁਤ ਹੀ ਡੂੰਘੇ ਸੀ ਅਤੇ ਉਹ ਗੁਰਮਤਿ ਦੇ ਲੈਵਲ ਦੇ ਉੱਤੇ ਮੇਲ ਖਾਂਦੇ ਸੀ ਅਤੇ ਉਹ ਇਸ ਗੱਲ ਤੋਂ ਕਾਫੀ ਪ੍ਰਭਾਵਿਤ ਹੋਇਆ ਸੀ ਕਿ ਸਿੱਖੀ ਦੇ ਵਿੱਚ ਗੱਲ ਖੋਜ ਦੀ ਹੈਗੀ, ਆਪਣੇ ਮੂਲ ਦੀ ਖੋਜ ਦੀ, ਕਿ ਜਿਹੜੇ ਜੋ ਅਸੀਂ ਹੈਗੇ ਹਾਂ ਅਸੀਂ ਕਿੱਥੋਂ ਆਏ ਹਾਂ ਅਤੇ ਕਿੱਥੇ ਕਿਸ ਜਗ੍ਹਾ 'ਤੇ ਵਾਪਸ ਜਾਣਾ ਸੀ। ਸੋ ਇਸ ਦਾਇਰੇ ਦੇ ਵਿੱਚ ਗੁਰਮਤਿ ਹੈਗੀ ਆ, ਇਹ ਗੁਰਮਤਿ ਦਾ ਪੁਆਇੰਟ ਹੈਗਾ, ਤਾਂ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਅਤੇ ਉੱਥੇ ਫਿਰ ਕੀ ਹੋਇਆ ਹੁਣ ਕਿ ਪਿਛਲੇ ਹਫ਼ਤੇ ਉਸੀ ਸਕੂਲ ਤੋਂ ਕਿਸੇ ਹੋਰ ਟੀਚਰ ਨੇ ਸਾਨੂੰ ਕੰਟੈਕਟ ਕੀਤਾ, ਕਿਉਂਕਿ ਹਵਾਗਨਾ ਨੇ ਮਤਲਬ ਦੱਸਿਆ ਸੀਗਾ ਕਿ ਇਸ ਤਰ੍ਹਾਂ ਅਸੀਂ ਉੱਥੇ ਗੁਰਦੁਆਰਾ ਸਾਹਿਬ ਗਏ ਸੀ ਅਤੇ ਉੱਥੇ ਸਿੱਖ ਪਾਬੰਦ ਵਾਲਿਆਂ ਨੇ ਮਤਲਬ ਸਾਰੀ ਪ੍ਰੈਜੈਂਟੇਸ਼ਨ ਕੀਤੀ। ਸੋ ਇਸ ਸੋਮਵਾਰ ਨੂੰ ਅਸੀਂ ਉੱਥੇ ਗਏ ਸੀ। ਹੁਣ ਉਸ ਦੇ ਵਿੱਚ ਕੀ ਸੀ, ਸਵੇਰ ਨੂੰ 9:30 ਵਜੇ ਪ੍ਰੋਗਰਾਮ ਸ਼ੁਰੂ ਹੋਣਾ ਸੀ ਅਤੇ ਅਸੀਂ ਐਤਵਾਰ ਨੂੰ ਚਲੇ ਗਏ ਸੀ ਸ਼ਾਮ ਨੂੰ ਗੱਡੀ ਲੈ ਕੇ ਅਤੇ ਉੱਥੇ ਅਸੀਂ ਇੱਕ ਪਰਿਵਾਰ ਨੂੰ ਜਾਣ, ਹੁਣ ਸਿੱਖ ਪਾਬੰਦ ਦੋਚਲਨ ਦੇ ਥਰੂ ਕਿ ਜੋ ਕਿ ਉੱਥੇ ਨਜ਼ਦੀਕ ਰਹਿੰਦੇ ਨੇ ਅਤੇ ਉਹਨਾਂ ਦਾ ਕਾਫੀ ਸਾਨੂੰ ਸਾਥ ਮਿਲਦਾ ਹੈ, ਉਹਨਾਂ ਦੇ ਵੀ ਅਸੀਂ ਬਹੁਤ ਧੰਨਵਾਦੀ ਹੈਗੇ ਹਾਂ ਕਿ ਉਹਨਾਂ ਦੇ ਸਪੋਰਟ ਦੇ। ਅਤੇ ਉੱਥੇ ਰਾਤ ਨੂੰ ਰੁਕੇ ਸੀ ਤਾਂ ਕਿ ਸਵੇਰ ਨੂੰ ਟ੍ਰੈਫਿਕ ਜਾਮ ਵਿੱਚ ਨਾ ਫਸ ਜਾਈਏ। ਅਤੇ ਐਤਵਾਰ ਸੋਮਵਾਰ ਸਵੇਰ ਨੂੰ ਅਸੀਂ ਨਿਕਲ ਗਏ ਸੀ ਉਹਨਾਂ ਦੇ ਘਰੋਂ ਓਫਨਬਖ ਦੇ ਸਕੂਲ ਵਿੱਚ। ਅਤੇ ਜੋ ਗੁਰਪ੍ਰੀਤ ਸਿੰਘ ਨੇ ਇਸ ਪਰਿਵਾਰ ਦੇ ਮੈਂਬਰ, ਉਹ ਵੀ ਸਾਡੇ ਨਾਲ ਗਏ, ਜੋ ਕਿ ਸਾਡੇ ਨਾਲ ਕਾਫੀ ਕੁਛ ਟਾਈਮ ਤੋਂ ਸੇਵਾ ਕਰ ਰਹੇ ਨੇ ਨਾਲ। ਅਤੇ ਉੱਥੇ ਜਾ ਕੇ 3-4 ਵੱਖਰੀਆਂ ਕਲਾਸਾਂ ਹੈਗੀਆਂ ਸੀ ਜਿਨ੍ਹਾਂ ਨੂੰ ਸਿੱਖੀ ਬਾਰੇ ਦੱਸਣਾ ਸੀ ਅਤੇ ਅਸੀਂ ਇੱਥੋਂ ਰੋਲ ਅਪਸ ਜੋ ਹੈਗੇ ਨੇ, ਫਲਾਇਰ ਅਤੇ ਫੋਲਡਰ, ਉਹ ਵੀ ਨਾਲ ਲੈ ਕੇ ਗਏ ਹਾਂ ਅਤੇ ਉੱਥੇ ਸਿੱਖੀ ਬਾਰੇ ਦੱਸਿਆ। ਅਤੇ ਉੱਥੇ ਵੀ ਬੱਚੇ, ਕੁਛ ਐਸੇ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਜਿਹੜੇ ਇੱਕਦਮ ਜਲਦੀ ਗੱਲ ਨੂੰ ਪਕੜ ਵੀ ਲੈਂਦੇ ਨੇ, ਜਿਨ੍ਹਾਂ ਦੇ ਇਕੱਲੇ ਇਹੀ ਸਵਾਲ ਨਹੀਂ ਹੁੰਦੇ ਨੇ ਕਿ ਤੁਸੀਂ ਦਸਤਾਰਾਂ ਦੇ ਰੰਗ ਕਿਹੜੇ ਵਰਤਦੇ ਹੋ, ਤੁਹਾਡਾ ਫਲਾਣੇ ਤਿਉਹਾਰ ਕਿਹੜੇ ਹੁੰਦੇ ਨੇ, ਜ਼ਿਆਦਾਤਰ ਲੋਕਾਂ ਦੇ ਇਹ ਸਵਾਲ ਹੁੰਦੇ ਨੇ। ਪਰ ਉੱਥੇ ਕੁਛ ਐਸੇ ਘੱਟ ਗਿਣਤੀ ਦੇ ਵਿੱਚ ਹੁੰਦੇ ਨੇ ਯੰਗਸਟਰਸ ਵੀ ਅਤੇ ਵੱਡੇ ਵੀ, ਜਿਨ੍ਹਾਂ ਦੇ ਬਹੁਤ ਡੂੰਘੇ ਸਵਾਲ ਚਲੇ ਜਾਂਦੇ ਨੇ। ਅਤੇ ਉਹ ਇੱਥੇ ਵੀ ਸੀ ਅਤੇ ਅਸੀਂ ਧੰਨਵਾਦੀ ਹੈਗੇ ਹਾਂ ਸਰਦਾਰ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੀ ਫੈਮਿਲੀ ਦੇ ਕਿ ਜਿਹੜੇ ਸਾਡਾ ਖਿਆਲ ਵੀ ਰੱਖਦੇ ਨੇ ਹਮੇਸ਼ਾ, ਜਦੋਂ ਵੀ ਅਸੀਂ ਆਉਂਦੇ ਹਾਂ ਉਹਨਾਂ ਨੂੰ ਤਕਲੀਫ ਦੇਣ। ਅਤੇ ਨਾਲ ਦੀ ਨਾਲ ਇਹ ਵੀ ਹੁਣ ਅੱਛਾ ਹੋਇਆ ਕਿ ਸਾਡਾ ਜਿਹੜਾ ਜਰਮਨੀ ਦਾ ਨੈਟਵਰਕ ਜਿਹੜਾ ਹੈ ਸਿੱਖਾਂ ਦਾ, ਉਹ ਵੀ ਵੱਧਦਾ ਜਾ ਰਿਹਾ। ਸੋ ਹੁਣ ਉਸ ਇਲਾਕੇ ਦੇ ਵਿੱਚੋਂ ਕੋਸ਼ਿਸ਼ ਕਰਨਗੇ ਕਿ ਉਹ ਆਪ ਵੀ ਕਰ ਸਕਣ। ਸੋ ਅਸੀਂ ਉਹਨਾਂ ਨੂੰ ਵੀ ਓਫਨਬਖ ਵਿੱਚ ਜੋ ਸੇਵਾਦਾਰ ਬੈਠੇ ਨੇ ਉਹਨਾਂ ਨੂੰ ਜੋ ਫਲਾਇਰ, ਫੋਲਡਰ ਨੇ, ਰੋਲ ਅਪਸ ਨੇ, ਦਸਤਾਰਾਂ ਨੇ, ਕੁਛ ਵੀ ਜੋ ਵੀ ਚਾਹੀਦਾ ਉਹ ਅਸੀਂ ਉਹਨਾਂ ਨੂੰ ਮਤਲਬ ਦੇਵਾਂਗੇ ਡੈਫੀਨੇਟਲੀ, ਕਿਉਂਕਿ ਇਸ ਇੱਥੇ ਜਾ ਕੇ ਤੁਹਾਡਾ ਦਸਵੰਧ ਅਤੇ ਸਾਡਾ ਵੀ ਦਸਵੰਧ, ਸਾਡੇ ਸਾਰਿਆਂ ਦਾ ਦਸਵੰਧ ਇੱਥੇ ਜਾ ਕੇ ਖਰਚਿਆ ਜਾਂਦਾ ਇਹਨਾਂ ਚੀਜ਼ਾਂ 'ਤੇ, ਇਹਨਾਂ ਕੰਮਾਂ ਦੇ ਉੱਤੇ।
ਤਾਂ ਕਿ ਇਹ ਜਿਹੜੀ ਗੱਲ ਪ੍ਰੋਫੈਸ਼ਨਲ ਲੈਵਲ ਦੇ ਉੱਤੇ ਫੈਲ ਸਕੇ ਇੱਥੇ ਜਰਮਨੀ ਦੇ ਵਿੱਚ, ਅਤੇ ਫੈਲਦੀ ਪਈ ਹੈ ਅਤੇ ਹੁਣ ਕਾਫੀ ਫੈਲੀ ਹੈ ਇਸ ਸਾਲ ਦੇ ਅੰਦਰ ਔਲਰੇਡੀ। ਹੁਣ ਤੱਕ ਇਹਨਾਂ ਤਿੰਨਾਂ ਮਹੀਨਿਆਂ ਦੇ ਵਿੱਚ ਕਾਫੀ ਕੁਛ ਹੋ ਚੁੱਕਿਆ ਅਤੇ ਇਸ ਸਾਲ ਦੇ ਵਿੱਚ ਵੀ ਕਾਫੀ ਕੁਛ ਹੋਣਾ। ਸੋ ਇਸ ਪੱਖੋਂ ਆਪ ਜੀ ਨੂੰ ਇਹ ਛੋਟਾ ਜਿਹਾ ਅਪਡੇਟ ਦੇਣਾ ਸੀ। ਸਾਡੇ ਕਾਫੀ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਜਿਨ੍ਹਾਂ ਦੀ ਇਸ ਤਰ੍ਹਾਂ ਦੀ ਵੀਡੀਓ ਰਿਕਾਰਡਿੰਗ ਹੋ ਕੇ ਆਪ ਜੀ ਤੋਂ ਵੱਲ ਨਹੀਂ ਪਹੁੰਚਦੀ, ਕਿਉਂਕਿ ਟਾਈਮ ਦੀ ਵੀ ਘਾਟ ਹੁੰਦੀ ਹੈ, ਪੜ੍ਹਾਈਆਂ ਵੀ ਕਰਨੀ ਹੁੰਦੀ ਹੈ, ਕੰਮਾਂ ਕਾਰਾਂ 'ਤੇ ਵੀ ਸੇਵਾਦਾਰ ਬਿਜ਼ੀ ਹੁੰਦੇ ਨੇ। ਪਰ ਜਿਸ ਤਰ੍ਹਾਂ ਵੀ ਵਿੱਚ ਵਿੱਚ ਟਾਈਮ ਮਿਲਦਾ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪ ਜੀ ਨੂੰ ਇਸ ਇਹੋ ਜਿਹੀਆਂ ਵੀਡੀਓਜ਼ ਦੇ ਥਰੂ ਇਨਫੋਰਮੇਸ਼ਨ ਦਿੱਤੀ ਜਾਏ। ਅਤੇ ਅੱਗੋਂ ਵੀ ਪਲੀਜ਼ ਇਸੇ ਤਰੀਕੇ ਨਾਲ ਸਪੋਰਟ ਕਰਦੇ ਰਹੋ। ਨਾਲੇ ਖਾਸ ਕਰਕੇ ਇੱਥੇ ਜੋ ਦੇਖਣ ਨੂੰ ਸੀ ਕਿ ਜਿਸ ਵੇਲੇ ਦਸਤਾਰ ਬੰਨਣ ਦਾ ਟਾਈਮ ਆਉਂਦਾ ਅਤੇ ਸਾਰੇ ਸਟੂਡੈਂਟ, ਸਾਰੇ ਬੱਚੇ ਜਿਹੜੇ ਹੁੰਦੇ ਨੇ, ਜਾਂ ਟੀਚਰਸ ਦੇ ਚਿਹਰੇ 'ਤੇ ਰੌਣਕ ਜਿਹੀ ਆ ਜਾਂਦੀ ਕਿ ਇਹ ਬਹੁਤ ਵੱਡੀ ਸਰਪ੍ਰਾਈਜ਼ ਹੁੰਦੀ ਉਹਨਾਂ ਦੇ ਵਾਸਤੇ ਕਿ ਤੁਸੀਂ ਇਸ ਤਰ੍ਹਾਂ ਦਸਤਾਰਾਂ ਲੈ ਕੇ ਆ ਰਹੇ ਹੋ ਅਤੇ ਸਾਡੇ ਸਿਰ 'ਤੇ ਬੰਨ ਰਹੇ ਹੋ, ਅਤੇ ਉਹਦੇ ਨਾਲ ਕਾਫੀ ਮਾਹੌਲ ਚੇਂਜ ਹੋ ਜਾਂਦਾ ਇੱਕਦਮ। ਪਹਿਲਾਂ ਵੀ ਉਹ ਹੁੰਦਾ ਹੀ ਹੈ, ਹਾਸੇ ਵਾਲਾ ਮਾਹੌਲ ਹੁੰਦਾ ਹੀ ਹੈ ਅਤੇ ਹੱਸਦੇ ਖੇਡਦੇ ਰਹੀਦਾ, ਪਰ ਜਦੋਂ ਗੱਲ ਦਸਤਾਰ ਬੰਨਣ ਦੀ ਆਉਂਦੀ ਹੈ ਫਿਰ ਬਿਲਕੁਲ ਚੇਂਜ ਹੋ ਜਾਂਦਾ। ਸਾਰੇ ਆਪਣੇ ਫੋਨ ਕੱਢ ਲੈਂਦੇ ਨੇ, ਸੈਲਫੀ ਖਿੱਚਣ ਲੱਗ ਪੈਂਦੇ ਨੇ, ਇੱਕ ਦੂਸਰੇ ਦੀ ਫੋਟੋ ਖਿੱਚਣ ਲੱਗ ਪੈਂਦੇ ਨੇ, ਕਹਿੰਦੇ ਨੇ ਕਿ ਤੂੰ ਫਲਾਣਾ ਕਲਰ ਬਣ, ਮੈਂ ਅਵਲਾ ਬੰਦੀ ਹਾਂ, ਮੈਂ ਉਹ ਵਾਲਾ ਬੰਦਾ, ਅਤੇ ਕਾਫੀ ਇਹਦੇ ਨਾਲ ਫਰਕ ਪੈਂਦਾ, ਬਹੁਤ ਫਰਕ ਪੈਂਦਾ ਕਿ ਜੇ ਉਹਨਾਂ ਨੂੰ ਦਸਤਾਰਾਂ ਬੰਨ ਕੇ ਉਹਨਾਂ ਨੂੰ ਅਸੀਂ ਕਹਿੰਦੇ ਕਿ ਅਸੀਂ ਤੁਹਾਡੇ ਤੋਂ ਦਸਤਾਰ ਦਾ ਡਰ ਤੁਹਾਡੇ ਤੋਂ ਮਤਲਬ ਅਸੀਂ ਲੈ ਲੈਣਾ ਹੁਣ, ਅਤੇ ਉਹ ਬਾਕੀ ਲਿਆ ਜਾਂਦਾ, ਉਹ ਬਿਲਕੁਲ ਓਪਨ ਹੋ ਜਾਂਦੇ ਨੇ ਉਸ ਚੀਜ਼ ਨੂੰ, ਨਾਲੇ ਕਹਿੰਦੇ ਨੇ ਉਹ ਤਾਂ ਕਾਫੀ ਕੰਫਰਟੇਬਲ ਹੈ ਅਤੇ ਕਿਸਮ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰਦੇ ਨੇ, ਸੇਫ ਫੀਲ ਕਰਦੇ ਨੇ। ਸੋ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਨੇ ਅਤੇ ਹੁੰਦੇ ਰਹਿਣਗੇ, ਅਤੇ ਆਪ ਜੀ ਨਾਲ ਸਪੋਰਟ ਕਰਦੇ ਰਹੋ। ਅਤੇ ਫਿਰ ਅਗਲਾ ਪ੍ਰੋਗਰਾਮ ਹੋਏਗਾ ਉਦੋਂ ਕੋਸ਼ਿਸ਼ ਕਰਾਂਗੇ ਆਪ ਜੀ ਨੂੰ ਫਿਰ ਇਸ ਤਰੀਕੇ ਨਾਲ ਇੱਕ ਅਪਡੇਟ ਦੇਣ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।